ਵੱਡੇ ਬਾਦਲ ਨੇ ਵੋਟਰਾਂ ਨੂੰ ਕਾਂਗਰਸ ਦੀਆਂ ਚੀਕਾਂ ਕਢਵਾਉਣ ਦੀ ਕੀਤੀ ਅਪੀਲ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸਭਾ ਜਲੰਧਰ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿੱਚ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਤੇ ਰਾਹੁਲ ਗਾਂਧੀ ਦੀਆਂ ਚੀਕਾਂ ਕਢਵਾ ਦੇਣ। ਜਲੰਧਰ ਤੋਂ ਅਜੀਤ ਵੈਬ ਟੀਵੀ ਲਈ ਚਿਰਾਗ ਸ਼ਰਮਾ ਦੀ ਰਿਪੋਰਟ। ਤੁਹਾਡੇ ਹੱਥ ਹੈ, ਮੇਰੇ ਹੱਥ ਨਹੀਂ। ਤੁਹਾਡੇ ਹੱਥ 'ਚ ਕੀ ਹੈ? ਬੜਾ ਸੌਖਾ ਕੰਮ, ਮੇਰਾ ਖਿਆਲ ਇੱਦੂ ਸੌਖਾ ਕੰਮ ਤਾਂ ਕੋਈ ਹੋਣਾ ਨਹੀਂ। ਤੁਸੀਂ ਪਟਰੀ ਤਾਂ ਬਣਾ ਅਤੇ ਚੀ ਦੀ ਆਵਾਜ਼ ਡਿੱਗੂ ਨਿਕਲੂਗੀ, ਸਮਝ ਲਓ ਵੀ ਕਾਂਗਰਸ ਦੀ ਚੀਕ ਨਿਕਲੂ, ਰਾਹੁਲ ਗਾਂਧੀ ਦੀ ਚੀਕ ਨਿਕਲੂ। ਭਰਾਓ ਹੁਣ 5-7 ਦਿਨ ਰਹਿ ਗਏ, ਛੱਡ ਦਿਓ ਕਰਦੇ ਕੰਮ, ਤੁਹਾਡੇ ਕਰਨ ਦੇ ਕੰਮਾਂ ਦਾ ਕੋਈ ਫਾਇਦਾ ਨਹੀਂ ਹੋਣਾ ਜਦੋਂ ਤੱਕ ਸਰਕਾਰ ਤੁਹਾਡੀ ਆਪ ਨਹੀਂ ਲੱਭ। ਫਾਇਦਾ ਹੀ ਤਾਂ ਹੋਣਾ, ਦੁੱਗਣੀ ਆਪ ਦੇ ਨਾਲ ਤਾਂ ਹੋਣੀ ਹੈ ਜੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ। ਮੈਨੂੰ ਪੂਰੀ ਆਸ ਹੈ ਇੱਥੋਂ ਦੀ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਭਾਰਤੀ ਜਨਤਾ ਦੀ ਟੀਮ ਜਿਹੜੀ ਹੈ ਬੜੇ ਸੁਲਝੇ ਹੋਏ ਬੰਦੇ। ਵੈਸੇ ਦੁਆਬਾ ਸਾਰਾ ਤੁਹਾਨੂੰ ਸੁਲਝਿਆ, ਇਹ ਹਰ ਕੀ ਜਾਣਦੇ ਹੈ। ਇਸ ਲਈ ਅੱਜ ਤੋਂ ਇਹ ਫਰਜ਼ ਡਿਊਟੀ ਸਮਝ ਲਓ ਕਿ ਤੁਹਾਨੂੰ ਮੈਂ ਤੁਹਾਨੂੰ ਨਹੀਂ ਆਟਾ ਵੋਟਾਂ ਦੇਣਗੇ, ਤੁਸੀਂ ਜਿਹੜੇ ਆਏ ਹੋ ਤੁਸੀਂ ਤਾਂ ਮਦਈ ਵਰਕਰ ਹੋ ਬਾਈ। ਇੱਕ ਇੱਕ ਘਰ ਜਿਹੜਾ ਅੱਗੇ ਤੁਹਾਨੂੰ ਨਹੀਂ ਵੋਟ ਦਿੰਦਾ ਸੀ ਉਹ 10-10 ਘਰ ਵੋਟ ਕੇ ਲਿਆਓ, ਕਿਵੇਂ ਲਿਆਓ?